ਸਰੀਰ ਕਮਜ਼ੋਰ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਵਿੱਚ, ਪ੍ਰਭੂ ਯੇਸ਼ੂ ਮਸੀਹ ਜਿਸ ਪਰਪਸ ਲਈ ਇਸ ਧਰਤੀ ਤੇ ਆਏ ਸੀ, ਉਹ ਪਰਪਸ ਜਦੋਂ ਪੂਰਾ ਕਰਨਾ ਸੀ ਉਹਨਾਂ, ਉਹ ਇਸ ਧਰਤੀ ਤੇ ਕਲਵਰੀ ਕਰੂਸ ਉੱਤੇ ਆਪਣੀ ਜਾਨ ਨੂੰ ਦੇਣ ਆਏ ਸੀਗੇ, ਉਹ ਇਸ ਧਰਤੀ ਤੇ ਕੋੜੇ ਖਾਣ ਲਈ ਆਏ ਸੀ, ਇਸ ਧਰਤੀ ਦੇ ਕੰਡੇ ਦਾ ਤਾਜ ਪਾਉਣ ਲਈ ਆਏ ਸੀ, ਉਹ ਇਸ ਧਰਤੀ ਤੇ ਕਰੂਸ ਉੱਤੇ ਚੜ ਕੇ ਆਪਣੀ ਜਾਨ ਨੂੰ ਦੇਣ ਆਏ ਸੀ। ਉਹ ਪਹਿਲਾਂ ਹੀ ਜਾਣਦੇ ਸੀਗੇ ਕਿ ਮੈਂ ਇਸ ਧਰਤੀ ਤੇ ਇਸ ਕੰਮ ਲਈ ਆਇਆ, ਪਰ ਜਦੋਂ ਸਮਾਂ ਆਇਆ ਤੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ 'ਚ ਡਰ ਆ ਗਿਆ, ਔਰ ਪ੍ਰਭੂ ਯੇਸ਼ੂ ਮਸੀਹ ਨੇ ਗਸਮਨੀ ਬਾਗ ਵਿੱਚ ਜਾ ਕੇ ਪ੍ਰਾਰਥਨਾ ਕੀਤੀ ਕਿ ਆਤਮਾ ਤਿਆਰ ਆ ਪਰ ਸਰੀਰ ਕਮਜ਼ੋਰ ਆ, ਪਰ ਪਿਤਾ ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ। ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣ ਆਇਆ, ਬਹੁਤ ਸਾਰੇ ਲੋਕ ਜਿਹੜੇ ਆ ਮਸੀਹ ਵਿੱਚ ਆ ਜਾਂਦੇ ਨੇ, ਮਸੀਹ ਵਿੱਚ ਚੱਲਦੇ ਨੇ, ਪਰ ਉਹ ਮਸੀਹ ਜ਼ਿੰਦਗੀ ਨੂੰ ਸਮਝ ਨਹੀਂ ਪਾਉਂਦੇ। ਜਦੋਂ ਅਸੀਂ ਪਹਿਲੀ ਵਾਰੀ ਚਰਚ ਆਉਂਦੇ ਹਾਂ, ਪਰਮੇਸ਼ਵਰ ਸਾਡੇ ਸਰੀਰ ਤੇ ਕੰਮ ਕਰਦਾ, ਸਰੀਰ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੇ ਵਰਕ ਕਰਦਾ, ਤਾਂ ਕਿ ਸਾਨੂੰ ਵਿਸ਼ਵਾਸ ਹੋਏ ਕਿ ਅਸੀਂ ਜੀਵਤ ਪਰਮੇਸ਼ਵਰ ਨੂੰ ਮੰਨਦੇ ਹਾਂ। ਜਿੱਦਾਂ ਭੈਣ ਨੇ ਹੁਣੇ ਗਵਾਹੀ ਦਿੱਤੀ ਕਿ ਮੈਂ ਸਰੀਰ ਵਿੱਚ ਪ੍ਰੋਬਲਮ ਸੀਗੀ, ਮੈਂ ਬਿਮਾਰ ਸੀਗੀ, ਪਰਮੇਸ਼ਵਰ ਨੇ ਉਹਨੂੰ ਸਾਬਤ ਕਰਨਾ ਸੀ ਕਿ ਮੈਂ ਜੀਵਤ ਪਰਮੇਸ਼ਵਰ ਹਾਂ। ਉਹਨੇ ਨੇ ਸਰੀਰ ਤੇ ਵਰਕ ਕੀਤਾ, ਇਹਨੂੰ ਠੀਕ ਕੀਤਾ, ਇਹਨੂੰ ਚੰਗਿਆਈ ਦਿੱਤੀ, ਇਹਨੂੰ ਬਰਕਤ ਦਿੱਤੀ। ਪਰ ਮਸੀਹ ਲੋਕ ਪ੍ਰਭੂ ਵਿੱਚ ਚੱਲਦੇ ਚੱਲਦੇ ਇੱਕ ਗੱਲ ਨੂੰ ਉਹਨਾਂ ਨੂੰ ਸਮਝਣਾ ਔਖਾ ਹੋ ਜਾਂਦਾ। ਜਦੋਂ ਤੁਸੀਂ ਸ਼ੁਰੂ ਸ਼ੁਰੂ ਚ ਸਾਰੇ ਚਰਚ ਗਏ ਹੋਣਗੇ, ਉਹਨਾਂ ਦੇ ਜੀਵਨ ਵਿੱਚ ਚਮਤਕਾਰ ਹੋਇਆ ਹੋਏਗਾ। ਕਿੰਨੇ ਜਿਹੜੇ ਹੱਥ ਖੜਾ ਕਰੋ, ਕਿਹੜੇ ਕਿਹੜੇ ਜੀਵਨ ਚ ਪ੍ਰਭੂ ਨੇ, ਜਦੋਂ ਪਹਿਲੀ ਵਾਰੀ ਚਰਚ ਗਏ, ਦੂਜੀ ਵਾਰੀ ਚਰਚ ਗਏ, ਪਰਮੇਸ਼ਰ ਨੇ ਚਮਤਕਾਰ ਕੀਤਾ? ਲਗਭਗ ਸਾਰਿਆਂ ਦੇ ਜੀਵਨ ਚ ਚਮਤਕਾਰ ਹੁੰਦਾ, ਹੁੰਦਾ ਕਿ ਨਹੀਂ ਹੁੰਦਾ? ਜਦੋਂ ਅਸੀਂ ਪਹਿਲੇ ਦਿਨ ਚਰਚ ਜਾਂਦੇ ਹਾਂ, ਆ ਜਿਹੜਾ ਸਰੀਰ ਆ, ਇਹ ਸਰੀਰ ਤਿੰਨ ਚੀਜ਼ਾਂ ਦਾ ਬਣਿਆ, ਦੇਹ, ਪ੍ਰਾਣ ਤੇ ਆਤਮਾ ਦਾ। ਉਦੋਂ ਪਰਮੇਸ਼ਰ ਸਾਡੀ ਦੇਹ ਤੇ ਵਰਕ ਕਰਦਾ, ਔਰ ਸਾਡੇ ਵਿਚਾਰਾਂ ਚ ਆਉਂਦਾ, ਔਰ ਸਾਨੂੰ ਪਤਾ ਲੱਗਦਾ ਨਹੀਂ, ਇਹ ਜੀਵਤ ਪਰਮੇਸ਼ਰ ਆ, ਇਹ ਮੁਰਦਾ ਪਰਮੇਸ਼ਰ ਨਹੀਂ, ਇਹ ਗੱਲਾਂ ਕਰਨ ਵਾਲਾ ਪਰਮੇਸ਼ਰ ਆ, ਇਹ ਪ੍ਰਾਰਥਨਾ ਵਾਲਾ ਪੁੱਤਰ ਦੇਣ ਵਾਲਾ ਪਰਮੇਸ਼ਰ ਆ, ਇਹ ਕੁਝ ਡਿਫਰੈਂਟ ਪਰਮੇਸ਼ਰ ਆ, ਇਹ ਕੋਈ ਬੋਝ ਨਹੀਂ ਦਿੰਦਾ, ਬਸ ਇਹ ਕਹਿੰਦਾ ਮੇਰੀ ਹਜ਼ੂਰੀ ਚ ਆਓ ਤੇ ਮੈਂ ਤੁਹਾਨੂੰ ਬਲੈਸ ਕਰੂੰਗਾ। ਉਹ ਵਿਚਾਰਾਂ ਚ ਪਰਮੇਸ਼ਰ ਹੁੰਦਾ, ਦੇਹ ਤੇ ਕੰਮ ਕਰਕੇ ਵਿਚਾਰ, ਫਿਰ ਸਾਡੀ ਆਤਮਾ ਖੁੱਲਦੀ ਆ, ਔਰ ਅਸੀਂ ਚਰਚ ਵਿੱਚ ਜਾਂਦੇ ਹਾਂ, ਤੋਬਾ ਕਰਦੇ ਹਾਂ, ਬਪਤਿਸਮਾ ਲੈਂਦੇ ਹਾਂ, ਔਰ ਜਦੋਂ ਤੋਬਾ ਕਰਦੇ ਹਾਂ, ਬਪਤਿਸਮਾ ਲੈਂਦੇ ਹਾਂ, ਤੇ ਉਦੋਂ ਸਾਡੀ ਆਤਮਾ ਜਿਹੜੀ ਮਰੀ ਹੁੰਦੀ ਆ ਉਹ ਜੀਵਤ ਹੋ ਜਾਂਦੀ ਆ। ਹਾਲੇਲੂਇਆ। ਪਰ ਬਹੁਤ ਸਾਰੇ ਮਸੀਹ ਅਜੇ ਵੀ ਭੁਲੇਖੇ 'ਚ ਰਹਿੰਦੇ ਆ। ਹੁਣ ਉਲਟਾ ਸਿਸਟਮ ਹੋ ਗਿਆ, ਹੁਣ ਤੁਸੀਂ ਚਰਚ 'ਚ ਆ ਗਏ ਆ, ਹੁਣ ਤੁਸੀਂ ਦੇਹ ਪ੍ਰਾਣ ਆਤਮਾ ਨਹੀਂ ਆ, ਬਲਕਿ ਪ੍ਰਾਣ ਦੇਹ ਸਰੀਰ ਹੋ ਗਏ ਆ। ਕੀ ਹੋ ਗਿਆ? ਸਾਰੇ ਮੇਰੇ ਪਿੱਛੇ ਬੋਲੋ, ਪ੍ਰਾਣ, ਪ੍ਰਾਣ ਪਹਿਲਾਂ ਆਤਮਾ, ਪ੍ਰਾਣ ਤੇ ਦੇਹ। ਪਹਿਲਾਂ ਕੀ ਸੀਗਾ? ਪਹਿਲਾਂ ਦੇਹ, ਪ੍ਰਾਣ, ਆਤਮਾ। ਦੇਹ ਤੇ ਚਮਤਕਾਰ ਹੋਇਆ, ਅਸੀਂ ਯੇਸ਼ੂ ਮਸੀਹ ਨੂੰ ਜਾਣਿਆ, ਆਤਮਾ ਸਾਡੀ ਖੁੱਲ ਗਈ, ਆਤਮਾ ਦਾ ਉਧਾਰ ਹੋ ਗਿਆ। ਹੁਣ ਅਸੀਂ ਜਦੋਂ ਚਰਚ ਆ ਗਏ, ਹੁਣ ਆਤਮਾ ਸਾਡੀ ਜੀਵਤ ਹੋ ਗਈ ਆ, ਹੁਣ ਉਲਟਾ ਕੰਮ ਹੋ ਗਿਆ। ਹੁਣ ਕੀ ਹੋ ਗਿਆ? ਅਸੀਂ ਆਤਮਾ, ਪ੍ਰਾਣ ਤੇ ਦੇਹ ਬਣ ਗਏ। ਹੁੰਦਾ ਕੀ ਆ? ਲੋਕ ਉਦਾਂ ਹੀ ਪ੍ਰਾਰਥਨਾ ਕਰਦੇ ਰਹਿੰਦੇ ਫਿਰ ਕਿ ਪਰਮੇਸ਼ਰ ਮੇਰੇ ਫਿਰ ਸਰੀਰ ਤੇ ਕੰਮ ਕਰੂਗਾ। ਨੋ, ਹੁਣ ਤੁਹਾਡੇ ਉਦਾਂ ਨਹੀਂ ਤੁਹਾਡੇ ਕੰਮ ਹੋਣਾ ਸਰੀਰ ਤੇ। ਹੁਣ ਤੁਸੀਂ ਉਹ ਮਨੁੱਖ ਨਹੀਂ ਰਹੇ, ਹੁਣ ਤੁਸੀਂ ਆਤਮਕ ਮਨੁੱਖ ਰਹੇ। ਪਹਿਲਾਂ ਤੁਸੀਂ ਸਰੀਰਕ ਮਨੁੱਖ ਸੀਗੇ, ਹੁਣ ਤੁਸੀਂ ਆਤਮਕ ਮਨੁੱਖ ਬਣ ਗਏ। ਬਾਈਬਲ 'ਚ ਲਿਖਿਆ, ਜਿਹੜਾ ਵਿਸ਼ਵਾਸ ਕਰਦਾ ਉਹ ਲਹੂ ਮਾਸ ਤੋਂ ਪੈਦਾ ਨਹੀਂ ਹੁੰਦਾ, ਬਲਕਿ ਆਤਮਾ ਤੋਂ ਪੈਦਾ ਹੁੰਦਾ। ਹੁਣ ਤੁਸੀਂ ਆਤਮਾ ਬਣ ਗਏ ਹੋ, ਹੁਣ ਤੁਹਾਡੀ ਜਿਹੜੀ ਤਰੱਕੀ ਦਾ, ਹੁਣ ਤੁਹਾਡੀ ਬਰਕਤ ਦਾ, ਹੁਣ ਤੁਹਾਡੀ ਚੰਗਿਆਈ ਦਾ, ਹੁਣ ਤੁਹਾਡੇ ਜੀਵਨ ਵਿੱਚ ਹਰ ਇੱਕ ਚਮਤਕਾਰ ਦਾ ਰਸਤਾ ਅਲੱਗ ਹੋ ਗਿਆ। ਜੇ ਤੁਸੀਂ ਉਦਾਂ ਹੀ ਪ੍ਰਾਰਥਨਾ ਕਰੋਗੇ, ਪਰਮੇਸ਼ਰ ਮੈਂ ਚਰਚ ਜਾਊਂਗਾ, ਮੈਂ ਗਾਣੇ ਗਾਊਂਗਾ, ਜਾਂ ਮੈਂ ਕੁਛ ਵੀ ਕਹੂੰਗਾ ਤੇ ਉਦਾਂ ਮੇਰੇ ਤੇ ਚਮਤਕਾਰ ਹੋਏਗਾ, ਹੁਣ ਉਦਾਂ ਨਹੀਂ ਹੋਣਾ। ਹੁਣ ਤੁਸੀਂ ਹੁਣ ਤੁਸੀਂ ਆਤਮਾ, ਪ੍ਰਾਣ ਤੇ ਦੇਹ ਹੋ ਗਏ ਆ। ਜੇ ਤੁਹਾਨੂੰ ਦੇਹ ਦਾ ਚਮਤਕਾਰ ਚਾਹੀਦਾ, ਦੇਹ ਦੇ ਚਮਤਕਾਰ ਕੀ ਆ? ਰੋਟੀ, ਕੱਪੜਾ, ਮਕਾਨ, ਤਰੱਕੀ। ਕੋਈ ਬੰਦਾ ਬਾਹਰ ਜਾਣਾ ਚਾਹੁੰਦਾ, ਕੋਈ ਬੰਦਾ ਚਾਹੁੰਦਾ ਮੇਰਾ ਬਿਜ਼ਨਸ ਹੋਏ, ਕੋਈ ਬੰਦਾ ਚਾਹੁੰਦਾ ਮੈਨੂੰ ਚੰਗਿਆਈ ਮਿਲੇ, ਕੋਈ ਬੰਦਾ ਚਾਹੁੰਦਾ ਮੇਰਾ ਘਰ ਬਣ ਜੇ। ਪਰਮੇਸ਼ਵਰ ਨੂੰ ਕੋਈ ਪ੍ਰੋਬਲਮ ਨਹੀਂ ਆ? ਨੋ, ਪਰਮੇਸ਼ਵਰ ਨੂੰ ਥੋੜੀ ਪ੍ਰੋਬਲਮ
परमेश्वर चाहता ताडे को घर होए ताडे को गड्डी होए ताडे को तुसी बाहर घूमो तुसी हर एक आशीष दो प्रॉब्लम ये आ कि परमेश्वर अपने वचन दा परमेश्वर है हालेलुया परमेश्वर अपने वचन तो बाहर कोई भी काम नहीं करता लोग की करते आ उसे तरह लगना शुरू कर रहे आ कि उसे तरह मेरी मेरे हुण मेरी चंगाई होगी आ हुण मेरी बरकत दा भी वही रस्ता होए हुण ताडी और मेरी बरकत दा और रस्ता नहीं हो ਹੁਣ ਤੁਸੀਂ ਪਵਿੱਤਰ ਬਾਈਬਲ ਦੇ ਅਨੁਸਾਰ ਤੁਸੀਂ ਆਤਮਾ ਬਣ ਗਏ ਹੋ ਹੁਣ ਤੁਹਾਨੂੰ ਆਤਮਾ ਨੂੰ ਸਟਰੋਂਗ ਕਰਨਾ ਪੈਣਾ ਹੁਣ ਤੁਸੀਂ ਆਤਮਾ ਨੂੰ ਤਗੜੇ ਕਰਨਾ ਪੈਣਾ ਜੇ ਸਰੀਰ ਦੀ ਆਸ਼ੀਸ਼ ਚਾਹੀਦੀ ਆ ਤੇ ਹੁਣ ਤੁਹਾਨੂੰ ਆਤਮਾ ਨੂੰ ਤਿਆਰ ਕਰਨਾ ਪੈਣਾ ਹੁਣ ਤੁਹਾਨੂੰ ਬਾਈਬਲ ਨੂੰ ਪੜ੍ਹਨਾ ਪੈਣਾ ਵਾ ਹੁਣ ਤੁਹਾਨੂੰ ਬੱਚੇ ਨੂੰ ਮੰਨਣਾ ਪੈਣਾ ਵਾ ਚਰਚ ਜਾਣਾ ਪੈਣਾ ਆ ਚਰਚ ਸੰਗਤੀ ਕਰਨੀ ਪੈਣੀ ਆ ਪ੍ਰਾਰਥਨਾ ਕਰਨੀ ਪੈਣੀ ਆ ਆਪਣੇ ਦਾਨ ਦਸਵੰਧ ਦੇਣੇ ਪੈਣੇ ਆ ਔਰ ਤੁਹਾਨੂੰ ਪਰਮੇਸ਼ਰ ਦੇ ਵਚਨ ਤੇ ਮੰਨਣ ਕਰਨਾ ਪੈਣਾ ਵਾ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਕਰੋਗੇ ਤੁਹਾਡਾ ਆਤਮਕ ਮਨੁੱਖ ਤਗੜਾ ਹੋਏਗਾ ਕਿਹੜਾ ਮਨੁੱਖ ਤਗੜਾ ਹੋਏਗਾ ਕਿਹੜਾ ਮਨੁੱਖ ਤਗੜਾ ਹੋਏਗਾ ਆਤਮਕ ਮਨੁੱਖ ਤਗੜਾ ਹੋਏਗਾ ਜਦੋਂ ਆਤਮਕ ਮਨੁੱਖ ਤਗੜਾ ਹੋਏਗਾ ਤੇ ਤੁਹਾਡੀ ਜਿਹੜੀ ਆਸ਼ੀਸ਼ ਆ ਉਹ ਸਪਿਰਿਟ ਰਾਹੀਂ ਆਏਗੀ ਸਰੀਰ ਰਾਹੀਂ ਨਹੀਂ ਆਏਗੀ ਕੋਈ ਦਿਨ ਪਹਿਲਾਂ ਮੈਂ ਪ੍ਰਚਾਰ ਚ ਦੱਸਿਆ ਸੀਗਾ ਕੁਝ ਚੀਜ਼ਾਂ ਆਤਮਾ ਚ ਪਹਿਲਾਂ ਆਉਂਦੀਆਂ ਜਿਹੜੀਆਂ ਮਸੀਹ ਲੋਕ ਹੁੰਦੇ ਉਹਨਾਂ ਦੀ ਆਤਮਾ ਚ ਆਉਂਦੀਆਂ ਹੁਣ ਦੇਖੋ ਹੁਣ ਹੁਣੇ ਮੈਨੂੰ ਪਰਮੇਸ਼ਰ ਦੇ ਆਤਮਾ ਨੇ ਕਿਹਾ ਮੈਂ ਪ੍ਰੋਫੈਸਿੰਗ ਕੀਤੀ ਕਿ ਜਿਹਨਾਂ ਭੈਣਾਂ ਪ੍ਰਾਰਥਨਾ ਕਰੀਆਂ ਮੁੰਡੇ ਲਈ ਉਹਨਾਂ ਨੂੰ ਪਰਮੇਸ਼ਰ ਦੇ ਆਤਮਾ ਕਹਿੰਦਾ ਕਿ ਮੈਂ ਦੇ ਦਿੱਤਾ ਆਮੇਨ ਉਹ ਹੋਇਆ ਕੀ ਹੁਣ ਆਤਮਾ ਚ ਆ ਗਿਆ ਵਾ ਫਿਜ਼ੀਕਲੀ ਥੋੜਾ ਆ ਦੇਖਿਆ ਥੋੜੀ ਆਤਮਾ ਚ ਆ ਗਿਆ ਜਦੋਂ ਤੁਸੀਂ ਇਹਦੇ ਤੇ ਮੰਨਣ ਕਰੋਗੇ ਰੋਜ਼ ਧੰਨਵਾਦ ਕਰਾਂਗੇ ਪਰਮੇਸ਼ਰ ਤੁਸੀਂ ਮੈਨੂੰ ਦੇਤਾ ਪਰਮੇਸ਼ਰ ਤੁਸੀਂ ਦੇਤਾ ਪਰਮੇਸ਼ਰ ਤੁਸੀਂ ਦੇਤਾ ਪਰਮੇਸ਼ਰ ਤੁਸੀਂ ਦੇਤਾ ਪਰਮੇਸ਼ਰ ਤੁਸੀਂ ਦੇਤਾ ਜਦੋਂ ਆਪ ਉਹਦੇ ਨਾਲ ਥੈਂਕਸ ਕਰਾਂਗੇ ਮੈਂ ਕਿਸੇ ਦਾ ਸਪੈਸ਼ਲ ਨਾਮ ਨਹੀਂ ਲਿਆ ਮੈਨੂੰ ਨਹੀਂ ਪਤਾ ਕੌਣ ਪ੍ਰਾਰਥਨਾ ਕਰ ਰਿਹਾ ਸੀਗਾ ਔਰ ਮੈਂ ਪਰਮੇਸ਼ਰ ਦੇ ਆਤਮਾ ਨੇ ਜੋ ਜੋ ਪ੍ਰਾਰਥਨਾ ਕਰ ਰਿਹਾ ਉਹਦੇ ਲਈ ਮੈਂ ਕਹਿ ਤਾ ਮੈਨੂੰ ਨਹੀਂ ਪਤਾ ਹੋਰ ਵੀ ਕੋਈ ਹੋ ਸਕਦਾ ਪ੍ਰਾਰਥਨਾ ਕਰਨ ਵਾਲਾ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਕੁਲਪੀਠ ਤੇ ਪਰਮੇਸ਼ਰ ਨੇ ਜੋ ਇੱਕ ਧੁੰਦਾ ਕਿਸੇ ਨੂੰ ਖੜਾ ਕਰਨਾ ਪੈਂਦਾ ਕਰਕੇ ਉਹ ਕਮਾ ਉਹ ਅਲੱਗ ਗੱਲ ਹੈ ਇੱਕ ਸਾਰਿਆਂ ਨੇ ਕਹਿਤਾ ਉਹ ਪ੍ਰੋਫੈਸੀ ਪਤਾ ਨਹੀਂ ਕਿਤੇ ਵੀ ਹੁੰਦੀ ਤੁਹਾਡਾ ਆਪ ਆਪਣਾ ਵਿਸ਼ਵਾਸ ਹੈ ਜਿਹੜਾ ਗ੍ਰਹਿਣ ਕਰਦਾ ਔਰ ਆਤਮਾ ਸਭ ਤੋਂ ਪਹਿਲਾਂ ਚਮਤਕਾਰ ਹੁੰਦਾ ਔਰ ਹੁਣ ਤੁਹਾਡੀ ਜਿਹੜੀ ਜ਼ਿੰਦਗੀ ਆ ਹੁਣ ਉਹ ਸੰਸਾਰਿਕ ਨਹੀਂ ਰਹੀ ਹੁਣ ਤੁਸੀਂ ਆਤਮਾ ਨੂੰ ਤਗੜਿਆ ਕਰਨਾ ਆਤਮਾ ਵੱਲ ਜ਼ੋਰ ਦੇਣਾ ਸਰੀਰ ਵੱਲ ਜ਼ੋਰ ਨਹੀਂ ਦੇਣਾ ਜੇ ਸਰੀਰ ਵੱਲ ਜ਼ੋਰ ਦੋਗੇ ਤੇ ਤੁਸੀਂ ਨਿਰਾਸ਼ ਹੋਵੋਗੇ ਤੁਸੀਂ ਗੁਨਾਹ 'ਚ ਜਾ ਸਕਦੇ ਆ ਤੁਸੀਂ ਪਾਪ 'ਚ ਜਾ ਸਕਦੇ ਆ ਸ਼ੈਤਾਨ ਤੁਹਾਨੂੰ ਧੋਖੇ 'ਚ ਰੱਖ ਕੇ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰ ਸਕਦਾ ਪਹਿਲਾਂ ਤੁਸੀਂ ਸਰੀਰ ਸੀਗੇ ਪਰ ਹੁਣ ਤੁਸੀਂ ਆਤਮਾ ਇਸੇ ਕਰਕੇ ਜਦੋਂ ਪ੍ਰਭੂ ਯਿਸੂ ਮਸੀਹ ਦਾ ਟਾਈਮ ਆਇਆ ਤੇ ਪ੍ਰਭੂ ਯਿਸੂ ਮਸੀਹ ਦਾ ਸਰੀਰ ਵੀ ਕਮਜ਼ੋਰ ਹੋ ਗਿਆ ਕੀ ਹੋ ਗਿਆ ਕਮਜ਼ੋਰ ਹੋ ਗਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੇ ਯਿਸੂ ਮਸੀਹ ਦਾ ਸਰੀਰ ਕਮਜ਼ੋਰ ਹੋ ਗਿਆ ਤੇ ਤੁਸੀਂ ਕਮਜ਼ੋਰ ਨਹੀਂ ਹੋ ਸਕਦੇ ਜਾਂ ਮੈਂ ਕਮਜ਼ੋਰ ਨਹੀਂ ਹੋ ਸਕਦਾ ਹੋ ਸਕਦੇ ਪ੍ਰਭੂ ਯਿਸੂ ਮਸੀਹ ਨੇ ਕਿੱਦਾਂ ਪਿਤਾ ਦੀ ਮਰਜ਼ੀ ਪੂਰੀ ਕੀਤੀ ਉਹਨਾਂ ਨੇ ਸਰੀਰ ਤੋਂ ਫੋਕਸ ਹਟਾ ਕੇ ਆਤਮਾ ਤੇ ਫੋਕਸ ਲਾਇਆ ਸਰੀਰ ਡਰ ਰਿਹਾ ਸੀਗਾ ਸਰੀਰ ਦੁੱਖ ਦਿਖਾ ਰਿਹਾ ਸੀ ਕੋੜਿਆਂ ਦੀ ਮਾਰ ਦਿਖਾ ਰਿਹਾ ਸੀ ਸਰੀਰ ਦਿਖਾ ਰਿਹਾ ਸੀ 600 ਸਿਪਾਹੀ ਜਿਹੜੇ ਉਹ ਕੁੱਟਦੇ ਪਏ ਨੇ ਸਰੀਰ ਦਿਖਾ ਰਿਹਾ ਸੀ ਸਿਰ ਦੇ ਕੰਢਿਆਂ ਦੇ ਤਾਜ ਨੂੰ ਸਰੀਰ ਦਿਖਾ ਰਿਹਾ ਸੀ ਬੇਇੱਜ਼ਤੀ ਨੂੰ ਸਰੀਰ ਦਿਖਾ ਰਿਹਾ ਸੀ ਉਸ ਪੀੜਾ ਨੂੰ ਪ੍ਰਭੂ ਯਿਸੂ ਮਸੀਹ ਨੇ ਜਦੋਂ ਸਰੀਰ ਰਾਹੀਂ ਦੇਖਿਆ ਤੇ ਡਰ ਗਏ ਕੀ ਹੋਇਆ ਡਰ ਗਏ ਔਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਤਮਾ ਰਾਹੀਂ ਦੇਖਿਆ ਆਤਮਾ ਰਾਹੀਂ ਪਰਮੇਸ਼ਰ ਨੇ ਉਹਨੂੰ ਉਹਦਾ ਫਿਊਚਰ ਦਿਖਾਇਆ ਬਾਈਬਲ ਵਿੱਚ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਾਰੇ ਦੁੱਖਾਂ ਨੂੰ ਚੱਲ ਕੇ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠੇ ਔਰ ਪਰਮੇਸ਼ਰ ਨੇ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭ ਨਾਮਾਂ ਨਾਲੋਂ ਉੱਚਾ ਸੀਗਾ ਹਾਲੇਲੂਯਾ ਔਰ ਬਾਈਬਲ ਵਿੱਚ ਲਿਖਿਆ ਯਿਸੂ ਮਸੀਹ ਨੇ ਪ੍ਰਿਥਵੀ ਔਰ ਸਵਰਗ ਔਰ ਅਧੋਲੋਕ ਦੀਆਂ ਕੁੰਜੀਆਂ ਸ਼ੈਤਾਨ ਤੋਂ ਖੋਲੀਆਂ ਔਰ ਸਾਰੀ ਸ੍ਰਿਸ਼ਟੀ ਦਾ ਅਧਿਕਾਰ ਮਿਲਿਆ ਪ੍ਰਭੂ ਯਿਸੂ ਮਸੀਹ ਜਦੋਂ ਸਰੀਰ 'ਚ ਦੇਖਦੇ ਸੀ ਉਦੋਂ ਦੁੱਖ ਸੀਗੇ ਪਰ ਜਦੋਂ ਉਹਨਾਂ ਆਤਮਾ 'ਚ ਦੇਖਿਆ ਕਿ ਮੈਂ ਮੁਰਦਿਆਂ ਤੋਂ ਜੀ ਉੱਠਿਆ ਹਾਂ ਮੈਂ ਉਹ ਆਤਮਾ 'ਚ ਦੇਖ ਰਿਹਾ ਸੀ ਮੈਂ ਕੋੜੇ ਖਾ ਰਿਹਾ ਮੇਰੇ ਕੋੜੇ ਖਾਣ ਨਾਲ ਕਰੋੜਾਂ ਲੋਕਾਂ ਦੀਆਂ ਬਿਮਾਰੀਆਂ ਚੰਗੀਆਂ ਹੋ ਰਹੀਆਂ ਉਹਨਾਂ ਦੇਖਿਆ ਆਤਮਾ 'ਚ ਲੋਕਾਂ ਨੂੰ ਪੀੜਾਂ 'ਚ ਤੜਫਦੇ ਹੋਏ ਉਹ ਕਹਿੰਦੇ 40 ਕੋੜੇ ਮੇਰੇ ਖਾਣ ਦੇ ਨਾਲ ਜੇ ਇਹਦੇ ਕਰੋੜਾਂ ਲੋਕ ਠੀਕ ਹੋ ਰਹੇ ਤਾਂ ਨੋ ਪ੍ਰੋਬਲਮ ਮੈਂ ਕੋੜੇ ਖਾਊਂਗਾ
नो प्रॉब्लम इस दर्द नूं मैं चलूंगा। उन्हां देखिया मेरे पक्षी दे नेजा मारन दे नाल इस लहू दे नाल करोड़ां लोक जिहड़े नशियां तों शैतान दी गुलामी तों आजाद होए, कहिंदे नो प्रॉब्लम मैं नेजा भी खाऊंगा, क्योंकि आत्मा ते देख रहे सी। ਉਹਨਾਂ ਦੇਖਿਆ ਮੇਰੇ ਸਿਰ ਤੇ ਕੰਡਿਆਂ ਦੇ ਤਾਜ ਦੇ ਰੱਖਣ ਦੇ ਨਾਲ ਬਹੁਤ ਸਾਰੇ ਲੋਕ ਇਹਦੇ ਸੂਸਾਈਡ ਤੋਂ ਛੁੱਟ ਰਹੇ ਨੇ, ਲੋਕੀ ਟ੍ਰੇਨਾਂ ਥੱਲੇ ਆ ਪਾਉਣ ਤੋਂ ਬਚ ਰਹੇ ਨੇ। ਉਹਨਾਂ ਫਿਊਚਰ ਦੇਖਿਆ ਆਪਣਾ ਆਤਮਾ, ਬਹੁਤ ਸਾਰੇ ਲੋਕ ਡਿਪਰੈਸ਼ਨ ਤੋਂ ਆਜ਼ਾਦ ਹੋ ਰਹੇ ਨੇ, ਬਹੁਤ ਸਾਰੇ ਲੋਕ ਜਿਹੜੀਆਂ ਤਰ੍ਹਾਂ ਤਰ੍ਹਾਂ ਦਵਾਈਆਂ ਤੋਂ ਆਜ਼ਾਦ ਹੋ ਰਹੇ ਨੇ, ਬਹੁਤ ਸਾਰੇ ਲੋਕ ਪਾਗਲਪਨ ਤੋਂ ਆਜ਼ਾਦ ਹੋ ਰਹੇ ਨੇ। ਇਹ ਸਭ ਕੁਝ ਪ੍ਰਭੂ ਯਿਸੂ ਮਸੀਹ ਨੇ ਆਤਮਾ 'ਚ ਦੇਖ ਲਿਆ ਸੀਗਾ। ਉਹਨਾਂ ਕਿਹਾ ਨੋ ਪ੍ਰੋਬਲਮ, 90 ਕੰਡਿਆਂ ਦਾ ਤਾਜ ਮੈਂ ਪਾਊਂਗਾ। ਹਾਲੇਲੂਯਾ।